ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੋ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਬਦਲਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਣਜੀਤ ਮਲੋਤਰਾ ਨੇ ਦੱਸਿਆ ਇਹ ਪਟੀਸ਼ਨ ਮੁਕੇਰੀਆਂ ਦੇ ਰਹਿਣ ਵਾਲੇ ਪ੍ਰੀਤਮ ਸਿੰਘ ਦੇ ਪਰਿਵਾਰ ਵੱਲੋਂ ਦਾਇਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪ੍ਰੀਤਮ ਸਿੰਘ ਕੋਰੋਨਾ ਦਾ ਮਰੀਜ਼ ਸੀ ਜਿਸ ਦਾ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਪ੍ਰੀਤਮ ਸਿੰਘ ਨੂੰ ਹਸਪਤਾਲ ਵਾਲਿਆਂ ਨੇ ਮ੍ਰਿਤਕ ਕਰਾਰ ਦੇ ਕੇ ਉਸ ਦੀ ਮ੍ਰਿਤਕ ਦੇ ਨੂੰ ਅੰਮ੍ਰਿਤਸਰ ਦੇ ਇੱਕ 37 ਸਾਲਾ ਔਰਤ ਦੀ ਮ੍ਰਿਤਕ ਦੇ ਨਾਲ ਬਦਲ ਦਿੱਤਾ। ਇਹ ਔਰਤ ਕੈਂਸਰ ਦੀ ਮਰੀਜ਼ ਸੀ ਜਿਸ ਦਾ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅੱਜ ਇੱਕ ਰਿਟ ਪਟੀਸ਼ਨ ਮੁਕੇਰੀਆ ਫੈਮਿਲੀ ਵੱਲੋਂ ਅਸੀਂ ਹੈਬੀਅਸ ਕੋਰਪਸ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਹੈ ਕੇਸ ਦੇ ਫੈਕਟਸ ਇਸ ਤਰ੍ਹਾਂ ਨੇ ਕਿ 1 ਜੁਲਾਈ ਨੂੰ ਇੱਕ ਪਰਿਵਾਰ ਹੈ ਮੁਕੇਰੀਆ ਰਾਮਸਾਹੇ ਪਿੰਡ ਦਾ ਉਹਨਾਂ ਦੇ 5 ਫੈਮਿਲੀ ਮੈਂਬਰਸ ਨੇ ਵਿੱਚ ਇਨਕਲੂਡਸ 92 ਈਅਰ 올ਡ ਪ੍ਰੀਤਮ ਸਿੰਘ ਦਲਬੀਰ ਸਿੰਘ ਉਹਨਾਂ ਦੇ ਬੇਟੇ ਨੇ ਤੇ ਉਹਨਾਂ ਦੀ ਵਾਈਫ ਔਰ ਦੋ ਬੱਚੇ ਇਹ ਪੰਜਾਂ ਜਣਿਆਂ ਦਾ ਪਰਿਵਾਰ ਕੋਵਿਡ ਪੋਜ਼ਿਟਿਵ ਹੋ ਗਿਆ ਸੀ 1 ਜੁਲਾਈ ਨੂੰ ਇਹਨਾਂ ਨੇ ਡਾਇਗਨੋਸ ਹੋ ਗਏ ਸੀਗੇ ਕਿ ਕੋਵਿਡ ਪੋਜ਼ਿਟਿਵ ਨੇ ਕੋਵਿਡ ਪੋਜ਼ਿਟਿਵ ਹੁੰਦਿਆਂ ਹੋਏ ਇਹ 2 ਜੁਲਾਈ ਨੂੰ ਰਾਇਤਬਾਰਾ ਯੂਨੀਵਰਸਿਟੀ ਆਈਸੋਲੇਸ਼ਨ ਸੈਂਟਰ ਕਰੋਨਾ ਦੇ ਵਿੱਚ ਉੱਥੇ ਦਾਖਲ ਹੋ ਗਏ देयर आफ्टर ਦਲਵੀਰ ਸਿੰਘ ਔਰ ਪ੍ਰੀਤਮ ਸਿੰਘ ਜੀ ਦੀ ਤਬੀਰ ਥੋੜੀ ਡਿਟਿਊਰੇਟ ਹੋ ਗਈ ਜਿਸ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਗੁਰੂ ਨਾਨਕ ਜਿਹੜਾ ਹਸਪੀਟਲ ਹੈ ਗੁਰੂ ਨਾਨਕ ਦੇ ਮੈਡੀਕਲ ਕਾਲਜ ਹਸਪੀਟਲ ਉੱਥੇ ਇਹਨਾਂ ਨੂੰ ਟਰਾਂਸਫਰ ਕੀਤਾ ਗਿਆ ਰੈਫਰ ਕਰ ਦਿੱਤਾ ਗਿਆ ਉੱਥੇ ਕਰੋਨਾ ਆਈਸੋਲੇਸ਼ਨ ਵਾਰਡ ਦੇ ਵਿੱਚ ਦੇ ਗਾਟ ਐਡਮਿਟਿਡ 13 ਤਰੀਕ 6 ਤਰੀਕ ਨੂੰ ਪ੍ਰੀਤਮ ਸਿੰਘ ਜਿਹੜੇ ਬਜ਼ੁਰਗ ਨੇ 92 ਇਅਰ 올ਡ ਉਹਨਾਂ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋਈ ਤੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਰੈਫਰ ਕਰ ਦਿੱਤਾ ਗਿਆ ਨਾਓ ਆਈਸੀਯੂ ਦੇ ਵਿੱਚ ਉਹ ਕਾਫੀ ਦਿਨ ਰਹੇ 13 ਤਰੀਕ ਨੂੰ ਦਲਬੀਰ ਸਿੰਘ ਨੂੰ ਵਾਰਡ ਦੇ ਵਿੱਚ ਦੱਸਿਆ ਗਿਆ ਕਿ ਤੁਹਾਡੇ ਬਜ਼ੁਰਗ 11 ਤਰੀਕ ਨੂੰ ਪੂਰੇ ਹੋ ਚੁੱਕੇ ਨੇ ਜਿਸ ਕਰਕੇ ਦਲਬੀਰ ਸਿੰਘ ਨੂੰ ਕਾਫੀ ਇੱਕ ਤੱਕਾ ਲੱਗਿਆ ਝਟਕਾ ਲੱਗਿਆ ਔਰ ਉਹ ਭੱਜ ਕੇ ਆਈਸੀਯੂ ਵਲ ਦੇਖਣ ਗਏ ਤੇ ਉਹਨਾਂ ਨੂੰ ਉੱਥੇ ਜਾ ਕੇ ਦੇਖਿਆ ਕਿ ਉਹਨਾਂ ਦੇ ਬਜ਼ੁਰਗ ਬਿਲਕੁਲ ਜ਼ਿੰਦਾਬ ਬੈਠੇ ਨੇ ਔਰ ਠੀਕ ਨੇ ਇਸ ਗੱਲ ਕਰਕੇ ਉਹਨਾਂ ਦੀ ਕਾਫੀ ਲੜਾਈ ਝਗੜਾ ਹੋਇਆ ਹਸਪੀਟਲ ਦੇ ਵਿੱਚ ਤੇ ਹਸਪੀਟਲ ਅਥਾਰਟिटीज ਨੇ 13 ਤਰੀਕ ਨੂੰ ਹੀ ਦਲਬੀਰ ਸਿੰਘ ਨੂੰ ਉੱਥੋਂ ਡਿਸਚਾਰਜ ਕਰ ਦਿੱਤਾ ਬਿਨਾਂ ਕੋਈ ਕੋਵਿਡ ਟੈਸਟ ਕੀਤੇ ਬਿਨਾਂ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਟੈਸਟ ਕਰਕੇ 18 ਤਰੀਕ ਨੂੰ ਦਲਬੀਰ ਸਿੰਘ ਜੀ ਦੀ ਬੇਟੀ ਨੂੰ ਫੋਨ ਆਂਦਾ ਹੈ ਕਿ ਜੀ ਤੁਹਾਡੇ ਬਜ਼ੁਰਗ ਜਿਹੜੇ ਪ੍ਰੀਤਮ ਸਿੰਘ ਜੀ ਨੇ ਉਹ ਪੂਰੇ ਹੋ ਗਏ ਨੇ 17 ਤਰੀਕ ਦੀ ਰਾਤ ਨੂੰ 11 ਵਜੇ ਇਹ ਜਿਹੜਾ ਵਕਫਾ ਹੈ ਇਹ ਟਾਈਮ ਪੀਰੀਅਡ ਜਿਹੜਾ ਉਹਨਾਂ ਨੇ ਪਾਇਆ ਵਿੱਚ 12-13 ਘੰਟੇ ਦਾ ਫੋਨ ਕਰਨ ਲਈ ਇਨਫਾਰਮੇਸ਼ਨ ਦੇਣ ਲਈ ਇਹ ਇੱਕ ਬਹੁਤ ਲੰਬਾ ਟਾਈਮ ਪੀਰੀਅਡ ਹੈ ਉਸ ਤੋਂ ਬਾਅਦ ਸੰਦੀਪ ਕੌਰ ਜਿਹੜੀ ਉਹਨਾਂ ਦੀ ਬੇਟੀ ਹੈ ਉਹ ਕਹਿੰਦੀ ਕਿ ਠੀਕ ਹੈ ਜੀ ਤੁਸੀਂ ਸਾਨੂੰ ਡੈੱਡ ਬੋਡੀ ਦੱਸੋ ਕਿਸ ਵੇਲੇ ਦੇ ਸਕਦੇ ਹੋ ਤੇ ਉਹਨਾਂ ਨੇ ਕਹੇ ਤੁਹਾਡੇ ਕੋਲ ਸ਼ਾਮ ਤੱਕ ਡੈੱਡ ਬੋਡੀ ਪਹੁੰਚ ਜਾਏਗੀ ਔਰ ਸ਼ਾਮ 6:30 ਵਜੇ ਡੈੱਡ ਬੋਡੀ ਪਹੁੰਚ ਜਾਂਦੀ ਹੈ ਜਦੋਂ ਡੈੱਡ ਬੋਡੀ ਆਉਂਦੀ ਹੈ ਪਰਿਵਾਰ ਉਸ ਨੂੰ ਦੇਖ ਕੇ ਬੜਾ ਇੱਕ ਹੱਕ ਬੱਕਾ ਰਹਿ ਜਾਂਦਾ ਹੈ ਕਿਉਂਕਿ ਜਿਹੜੀ ਡੈੱਡ ਬੋਡੀ ਹੈ ਜੋ ਪ੍ਰੀਤਮ ਸਿੰਘ ਸੀਗੇ ਔਰ ਡ ਔਰ ਚੌੜਾ ਫਰੇਮ ਸੀਗਾ ਡੈਡ ਬੋਡੀ ਦੀ ਜਿਹੜੀ ਹਾਈਟ ਆ ਪੰਜ ਫੁੱਟ ਕੁਛ ਸੀਗੀ ਔਰ ਇੱਕ ਫਰੇਲ ਇੱਕ ਥਿਨਰ ਫਰੇਮ ਸੀਗਾ ਸੋ ਉਸ ਕਰਕੇ ਪਰਿਵਾਰ ਵਾਲਿਆਂ ਨੇ ਕਾਫੀ ਸ਼ੱਕ ਜਤਾਇਆ ਔਰ ਕਿਹਾ ਕਿ ਇਹਦਾ ਅਸੀਂ ਸਾਨੂੰ ਸਾਨੂੰ ਸ਼ਕਲ ਦੇਖ ਲੈਂਦੇ ਹੋ ਨਾਲੇ ਇੱਕ ਇਮੋਸ਼ਨਸ ਵੀ ਸੀਗੀਆਂ ਪਰਿਵਾਰ ਦੀਆਂ ਕਿ ਲਾਸਟ ਟਾਈਮ ਦੇਖ ਲਈ ਇੱਕ ਵਾਰੀ ਸ਼ਕਲ ਬਜ਼ੁਰਗਾਂ ਦੀ ਜਾਂਦੇ ਜਾਂਦੇ ਆਂਦੀਆਂ ਤੇ ਉਹਨਾਂ ਨੇ ਇਨਸਿਸਟ ਕੀਤਾ ਤੇ ICMR ਦੀ ਗਾਈਡਲਾਈਨਸ ਦਿਖਾਈਆਂ ਕਿ ICMR ਦੀ ਇਹ ਗਾਈਡਲਾਈਨਸ ਨੇ ਇਹਦੇ ਤਹਿਤ ਤੁਹਾਨੂੰ ਡੈਡ ਬੋਡੀ ਦੀ ਸ਼ਕਲ ਦਿਖਾਣੀ ਹੈ ਅਲਾਉਡ ਹੈ ਸੋ ਉਹਨਾਂ ਨੇ ਜ਼ਿੱਪ ਜਿੱਦਾਂ ਹੀ ਖੋਲੀ ਤੇ ਉਹਨਾਂ ਨੂੰ ਆਪਣੇ ਦੇਖਾਂ ਦੇ ਯਕੀਨ ਨਹੀਂ ਆਇਆ ਔਰ ਦੇਖਿਆ ਕਿ ਉਹ ਬੋਡੀ ਤਾਂ ਇੱਕ ਲੇਡੀ ਦੀ ਡੈੱਡ ਬੋਡੀ ਸੀਗੀ ਨਾ ਕਿ ਪ੍ਰੀਤਮ ਸਿੰਘ ਉਹਨਾਂ ਦੇ ਬਜ਼ੁਰਗਾਂ ਦੀ ਹੁਣ ਉਸ ਤੋਂ ਬਾਅਦ ਉਹ ਡੈੱਡ ਬੋਡੀ ਉਹਨਾਂ ਨੇ ਕਰੀਮੇਟ ਕਰਨ ਤੋਂ ਮਨਾ ਕਰਤਾ ਕਰੀਮੇਟ ਨਾ ਕਰਕੇ ਡੈੱਡ ਬੋਡੀ ਜਿਹੜੀ ਸੀ ਉਹ ਮੁਕੇਰੀਆ ਮਾਰਚਰੀ ਸਿਵਲ ਹਸਪੀਟਲ ਦੇ ਵਿੱਚ ਦੁਆਰਾ ਦਾਖਲ ਹੋ ਗਈ ਡੇਡ ਬੋਡੀ ਬਾਰੇ ਪਤਾ ਕੀਤਾ ਗਿਆ ਆਪਣੇ ਉਹਨਾਂ ਨੇ Pritam Singh ਜੀ ਬਾਰੇ ਜਦੋਂ ਜ਼ਿਆਦਾ ਅੱਗੇ ਕੋਕ ਕੀਤੀ ਸਾਰੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਚੱਲਿਆ ਜਿਹੜੀ ਡੈਡ ਬੋਡੀ ਲੇਡੀ ਦੀ ਹੈ ਉਹ ਇੱਕ 37 ਇਅਰ 올ਡ ਪਦਮਾ ਹੈਗੇ ਨੇ ਜਿਹੜੇ ਅੰਮ੍ਰਿਤਸਰ ਰਹਿੰਦੇ ਸੀਗੇ ਤੇ ਇੱਕ ਉਹ ਕੈਂਸਰ ਦੇ ਪੇਸ਼ੈਂਟ ਸੀਗੇ Pritam Singh ਜੀ ਕਰੋਨਾ ਪੇਸ਼ੈਂਟ ਸੀਗੇ ਜਦੋਂ ਡੈਡ ਬੋਡੀ ਉਹਨਾਂ ਨੇ ਰਿਫਿਊਜ਼ ਕਰਤੀ ਜਦੋਂ Pritam Singh ਜੀ ਨੇ ਸੌਰੀ ਇਹਨਾਂ ਨੇ ਲੇਡੀ ਦੀ ਡੈਡ ਬੋਡੀ ਰਿਫਿਊਜ਼ ਕਰਤੀ ਔਰ Pritam Singh ਜੀ ਬਾਰੇ ਹੋਰ ਪਤਾ ਕੀਤਾ ਤੇ ਹਸਪੀਟਲ ਵਾਲੇ ਨੇ ਉਹਨਾਂ ਨੂੰ ਹੋਰ ਇਨਫੋਰਮੇਸ਼ਨ ਦੇਣ ਤੋਂ ਬਿਲਕੁਲ ਇਨਕਾਰੀ ਕਰਤੀ ਨਾ ਹੀ ਪੁਲਿਸ ਨੇ ਕੋ ਕੇਸ ਰਜਿਸਟਰ ਕੀਤਾ ਪਰਿਵਾਰ ਦਾ ਇਹ ਕਹਿਣਾ ਕਿ ਪ੍ਰੀਤਮ ਸਿੰਘ ਜੀ ਜ਼ਿੰਦਾ ਨੇ ਉਹਦੇ ਕੁਝ ਫੈਕਟਸ ਨੇ ਜਦੋਂ ਹਸਪੀਟਲ ਇਹ ਕਹਿ ਰਿਹਾ ਕਿ ਜੀ ਡੈਡ ਬੋਡੀਜ਼ ਐਕਸਚੇਂਜ ਹੋਈਆਂ ਨੇ ਉਸ ਸੂਰਤ ਦੇ ਵਿੱਚ ਜੇ ਇਹਨਾਂ ਨੂੰ ਸ਼ੱਕ ਪਿਆ ਸੀ ਡੈਡ ਬੋਡੀ ਦਾ ਸੇਮ ਪੈਟਰਨ ਦੇ ਉੱਤੇ ਜਿਹੜੀ ਪਤਮਾ ਦੀ ਫੈਮਿਲੀ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਪਿਆ ਹੋਣਾ ਚਾਹੀਦਾ ਬੜਾ ਲਾਜ਼ਮੀ ਸੀਗਾ ਬੜਾ ਇੱਕ ਨੈਚੁਰਲ ਗੱਲ ਹੈ ਬਿਕਾਜ਼ ਪਦਮਾ ਜੀ ਦੇ ਵੀ ਦੋ ਬੱਚੇ ਨੇ ਉਹਨਾਂ ਨੇ ਵੀ ਸੋਚਿਆ ਹੋਣਾ ਕਿ ਬੱਚਿਆਂ ਨੂੰ ਲਾਸਟ ਟਾਈਮ ਆਪਣੀ ਮਦਰ ਦੀ ਇੱਕ ਵਾਰੀ ਸ਼ਕਲ ਦਿਖਾ ਦੀਏ ਜਾਂ ਫਰੇਮ ਦੇਖਿਆ ਹੋਣਾ ਜਾਂ ਡੈੱਡ ਬੋਡੀ ਦਾ ਜਦੋਂ ਆਪਾਂ ਸਿਸਟਮ ਦੇਖਦੇ ਹਾਂ ਕਾਫੀ ਫਰਕ ਸੀ ਡੈੱਡ ਬੋਡੀ ਆਪਸ ਦੇ ਵਿੱਚ ਬਟ ਉੱਥੇ ਨੋਟਿਸ ਨਹੀਂ ਹੋਈ ਗੱਲ 댓 ਮੀਨਸ ਉੱਥੇ ਪ੍ਰੀਤਮ ਸਿੰਘ ਦੀ ਬੋਡੀ ਗਈ ਹੀ ਨਹੀਂ ਔਰ ਕਿਸੇ ਹੋਰ ਨੂੰ ਉੱਥੇ ਦਿੱਤਾ ਗਿਆ ਸੀ ਥਰਡਲੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀ ਉਹ ਇਹ ਹੈ ਕਿ ਪਦਮਾ ਇੱਕ ਕੈਂਸਰ ਪੇਸ਼ੈਂਟ ਸੀ ਕੈਂਸਰ ਪੇਸ਼ੈਂਟ ਦੀ ਬੋਡੀ ਪੈਕ ਹੋ ਕੇ ਨਹੀਂ ਸੀ ਜਾਣੀ ਕਰੋਨਾ ਪੇਸ਼ੈਂਟ ਦੀ ਬੋਡੀ ਪੈਕ ਹੋ ਕੇ ਜਾਣੀ ਸੀ ਮੀਨਿੰਗ देयर ਬਾਈ ਜੇ ਉੱਥੇ ਬੋਡੀ ਪੈਕ ਹੋ ਕੇ ਗਈ ਆ ਦੈਟ ਮੀਨਸ ਸਮਥਿੰਗ ਇਜ਼ ਫਿਸ਼ੀ ਸੋ ਐਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆ ਮਾਨਯੋਗ ਅਦਾਲਤ ਨੇ ਇਸ ਚੀਜ਼ ਦਾ ਨੋਟਿਸ ਵੀ ਲਿੱਤਾ ਹੈ ਕੋਗਨੀਜੈਂਸ ਲਿੱਤਾ ਹੈ ਔਰ ਨੋਟਿਸ ਆਫ ਮੋਸ਼ਨ ਇਸ਼ੂ ਕਰ ਦਿੱਤਾ ਹੋਇਆ ਹੈ ਸਟੇਟ ਨੂੰ ਸੋ ਦੈਟ ਬਾਈ ਡੇ ਆਫਟਰ ਟੁਮਾਰੋ ਦੇ ਵਿਲ ਫਾਈਲ ਅ ਰਿਪਲਾਈ ਐਂਡ ਦਾ ਸਟੇਟਸ ਰਿਪੋਰਟ ਪਰਿਵਾਰ ਦਾ ਇਹ ਕਹਿਣਾ ਹੈ ਕਿ ਜੀ ਸਾਡੇ ਬਜ਼ੁਰਗ ਜ਼ਿੰਦਾ ਨੇ ਉਹਨਾਂ ਦੀ ਡੈਥ ਨਹੀਂ ਹੋਈ ਹੈ ਹਸਪੀਟਲ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਫਿਸ਼ੀ ਹਰਕਤ ਕਰ ਰਿਹਾ ਹੈ ਜਿਸ ਕਰਕੇ ਹੀਬਿਸ ਕਾਰਪਸ ਦੀ ਰਿਟ ਪਾਈ ਗਈ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ